ਦੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦੇ ਅਧੀਨ ਕੋਰਸ ਕੀਤਾ ਤੇ ਅੱਜ ਮੈਨੂੰ ਇੰਨੀ ਵਧੀਆ ਨੌਕਰੀ ਮਿਲੀ। ਮੈਨੂੰ ਪਤਾ ਲੱਗਾ ਕਿ ਇੱਥੇ ਜੰਡਿਆਲਾ ਗੁਰੂ ਵਿੱਚ ਰੋਜ਼ਗਾਰ ਮੇਲਾ ਲੱਗਿਆ। ਮੈਂ ਧਿਆਨ ਕੇ ਇੰਟਰਵਿਊ ਦਿੱਤੀ, ਮੇਰੀ ਇੰਟਰਵਿਊ ਕਲੀਅਰ ਹੋ ਗਈ ਤੇ ਮੈਨੂੰ ਫਜ਼ਾਈ ਕੰਪਨੀ ਵਿੱਚ ਬਹੁਤ ਵਧੀਆ ਨੌਕਰੀ ਮਿਲ ਗਈ। ਰੋਟੀ ਪਾਣੀ ਚਲਾਉਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਇਸ 3-4 ਮਹੀਨੇ ਦੀ ਪੜ੍ਹਾਈ ਚ ਕੀਤਾ। ਮੈਨੂੰ ਪਤਾ ਚੱਲਿਆ ਕਿ ਕੈਪਟਨ ਸਰਕਾਰ ਦੁਆਰਾ ਕਰਤਾ ਰੋਜ਼ਗਾਰ ਯੋਜਨਾ ਜੋ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਨੇ। ਸੋ ਮੈਂ ਵੀ ਰੋਜ਼ਗਾਰ ਮੇਲੇ ਦੇ ਵਿੱਚ ਇਹਦੇ ਕੈਂਡੀਡੇਟ ਗਿਆ, ਅਪਲਾਈ ਕੀਤਾ। ਸੋ ਉੱਥੇ ਕਾਫੀ ਪ੍ਰਕਾਰ ਦੀਆਂ ਕੰਪਨੀਆਂ ਸੀਗੀਆਂ, ਲੇਕਿਨ ਜੋ ਮੇਰੀ ਪੋਸਟ ਗ੍ਰੈਜੂਏਸ਼ਨ ਸੀ ਉਹ MBA ਮਾਰਕੀਟਿੰਗ ਦੀ ਸੀ। ਸੋ ਮੇਰੀ ਕੁਆਲੀਫਿਕੇਸ਼ਨ ਦੇ ਆਧਾਰ ਤੇ ਜੋ ਮੈਨੂੰ ਅੱਛੀ ਕੰਪਨੀ ਲੱਗੀ SBI ਲਾਈਫ ਜੋ ਕਿ ਮੌਜੂਦ ਸੀ, ਸਟੇਟ ਬੈਂਕ ਇੰਡੀਆ ਲਾਈਫ ਇੰਸ਼ੋਰੈਂਸ। ਅਮਰਿੰਦਰ ਸਿੰਘ ਜੀ ਦੀ ਧੰਨਵਾਦੀ ਹਾਂ ਜੋ ਉਹਨਾਂ ਦੇ ਸਾਡੇ ਨੌਜਵਾਨਾਂ ਦਾ ਖਿਆਲ ਕੀਤਾ ਤੇ ਸਾਨੂੰ ਨੌਕਰੀਆਂ ਦੇ ਕੇ ਕਾਬਲ ਬਣਾਇਆ। ਇਸ ਉਪਰਾਲੇ ਵਾਸਤੇ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਦੀ ਕਿ ਉਹਨਾਂ ਨੇ ਸਾਨੂੰ ਮਤਲਬ ਕਿ ਜ਼ਿੰਦਗੀ ਵਿੱਚ ਕਾਮਯਾਬ ਹੋਣ ਵਾਸਤੇ ਕਰਾਰ ਦਿਖਾਇਆ ਤੇ ਸਾਨੂੰ ਇਹਦੇ ਤੇ ਵੀ ਚੱਲਣ ਦੀ ਜ਼ਰੂਰਤ ਹੈ। ਸੋ ਮੈਂ ਕਹੀ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਜੀ ਇਸ ਪੰਜਾਬ ਦੇ ਪੂਰੇ ਕੈਪਟਨ ਸਾਹਿਬ ਦਾ ਤੇ ਰੋਜ਼ਗਾਰ ਮੁਕਤਲ ਦਾ ਜਿਨ੍ਹਾਂ ਨੇ ਮੈਨੂੰ ਇਹ ਅੱਛਾ ਮੁਕਾਮ